ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਅਕਾਲੀ ਅਤੇ ਕਾਂਗਰਸ ਦੇ ਵਿੱਚ ਕਾਫੀ ਖਿੱਚਾਤਾਣੀ ਹੋ ਰਹੀ ਹੈ ਅਤੇ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਹਲਕਾ ਬਲਾਚੌਰ ਦੇ ਵਿਕਾਸ ਕਾਰਜਾਂ ਦੀ ਇੱਕ ਝਲਕ ਜੋ ਕਿ ਰਾਜਵਿੰਦਰ ਸਿੰਘ ਲੱਕੀ ਵੱਲੋਂ ਬਿਆਨ ਕੀਤੀ ਗਈ ਹੈ। ਦੇਖਦੇ ਨੇ ਤੁਸੀਂ ਦੱਸ ਦੋ, ਇਹ ਤਾਂ ਇਹਨਾਂ ਦਾ ਬੰਦਾ ਤਾਂ ਸਾਨੂੰ ਕੋਈ ਦੇਖਦਾ ਹੀ ਨਹੀਂ। ਮੈਂ ਕਿਹਾ ਮੈਂ ਤੁਹਾਨੂੰ ਦੱਸ ਸਕਦਾ ਵੀ ਇਹ ਜਿਹੜੀ ਸਰਕਾਰ ਆ, ਪਹਿਲੀ ਗੱਲ ਤਾਂ ਸਰਕਾਰ ਹੀ ਸੁੱਤੀ ਹੋਈ ਹੈ। ਕਹਿੰਦੇ ਠੀਕ ਹੈ ਸਰਕਾਰ ਤਾਂ ਸੁੱਤੀ ਹੋਈ ਹੈ, ਫੇਰ ਨੁਮਾਇੰਦੇ ਤਾਂ ਨੀ ਸੌਂਗੇ। ਮੈਂ ਕਿਹਾ ਨੁਮਾਇੰਦੇ ਸੁੱਤੇ ਨੀ, ਨੁਮਾਇੰਦੇ 24-24 ਘੰਟੇ ਜਾਗ ਰਹੇ ਹੈ। ਕਹਿੰਦੇ 24 ਘੰਟੇ ਵੀ ਰਾਤ ਨੂੰ ਤਾਂ ਸੌਂਦੇ ਹੋਣੇ, ਤੁਸੀਂ 24 ਘੰਟੇ ਜਾਗਦੇ ਦੀ ਗੱਲ ਕਰੀ ਜਾਂਦੇ ਹੋ। ਮੈਂ ਕਿਹਾ 24 ਘੰਟੇ ਏਦਾਂ ਜਾਗਦੇ ਆ ਵੀ ਅੱਧੇ ਇੱਕ ਤਾਂ ਜਿਹੜੇ ਇਹਨਾਂ ਦੇ ਹੈਗੇ ਆ, ਉਹ ਜਿਹੜਾ ਤੁਹਾਨੂੰ ਆ ਫੈਮਿਲੀ ਬਿਜ਼ਨਸ ਹੈ ਇਹਨਾਂ ਦਾ ਸ਼ਰਾਬ ਦਾ, ਅੱਧੇ ਤਾਂ ਸ਼ਰਾਬ ਚ ਲੱਗੇ ਹੋਏ, ਰਾਤ ਨੂੰ ਪੂਰੀ ਰਾਤ ਸਮਗਲਿੰਗ ਕਰਦੇ ਰਹਿੰਦੇ ਆ। ਕਹਿੰਦੇ ਇਹ ਗੱਲ ਤਾਂ ਪੱਕੀ ਹੈ, ਤੁਹਾਡਾ ਤਾਂ ਗੁਆਂਢੀ ਪਿੰਡ ਹੈ, ਤੁਹਾਨੂੰ ਜ਼ਿਆਦਾ ਪਤਾ। ਸਹੀ ਕਹਿ ਰਿਹਾ ਮੈਂ? ਹੱਥ ਖੜੇ ਕਰਕੇ ਕਹਿ ਦੋ ਫਿਰ ਜੇ ਸਹੀ ਗੱਲ। ਅੱਧਾ ਰੱਖਦੇ ਹੋ ਵੈਸੇ, ਮੁੰਡੇ ਨੇ ਚੱਕਦਾ। ਚਲੋ ਕੋਈ ਅਗਲੀ ਸੁਣ ਲਓ, ਨਾਲੇ ਥੋੜੇ ਅੱਗੇ ਚਲੇ ਜਾਓ। ਇਹਨਾਂ ਨੇ ਟੈਂਟ ਲਾ ਲਏ ਜੰਗਲਾਂ ਚ ਜਾ ਕੇ, ਸ਼ਹਿਰ ਦੀ ਲੱਕੜ ਦੀ ਤਸਕਰੀ ਕਰਨ ਲਈ ਪੈ ਰਹੇ ਸਾਨੂੰ। ਕਹਿੰਦੇ ਇਹ ਵੀ ਗੱਲ ਠੀਕ ਹੈ ਤੇ ਬਾਕੀ ਜਿਹੜੇ ਹੈਗੇ ਸੀ, ਮੈਂ ਕਿਹਾ ਉਹ ਸਤਲੁਜ ਦਾ ਦਰਿਆ ਹੈ ਉੱਥੇ ਪੱਕੇ ਰਾਤ ਨੂੰ 24-24 ਜਿਹੜੇ ਰਾਤ ਦੇ 8-9 ਘੰਟੇ ਹੈ ਨਾ, ਰਾਤ ਨੂੰ ਪੂਰੀ ਰਾਤ ਇਹ ਲਗਾਤਾਰ ਉੱਥੋਂ ਰੇਤਾ ਕੱਢ ਕੱਢ ਕੇ ਵੇਚ ਰਹੇ ਹੈ। ਤੇ ਜਿਹੜੇ ਲੋਕ ਐਸੇ ਕੰਮ ਕਰਦੇ ਹੋਣ ਤੇ ਉਹਨਾਂ ਦੇ ਦਰਸ਼ਨ ਤੁਹਾਨੂੰ ਕਿਵੇਂ ਹੋ ਜਾਣਗੇ? ਇਸ ਤੋਂ ਬਾਅਦ ਗੱਲ ਖਤਮ ਨਹੀਂ ਹੋਈ। ਲੋਕਾਂ ਨੇ ਜਦੋਂ ਬਲਾਕ ਸਮਿਤੀ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਆਇਆ, ਲੋਕਾਂ ਨੇ ਬਹੁਤ ਸਾਰੇ ਇਲਾਕਿਆਂ ਚ ਜਿੱਥੇ ਸਮਝ ਗਏ ਸੀ ਲੋਕਾਂ ਨੇ ਵੱਡੀ ਗਿਣਤੀ ਚ ਇਹਨਾਂ ਦੇ ਖਿਲਾਫ਼ ਵੋਟਾਂ ਪਾ ਕੇ ਜ਼ਿਲ੍ਹਾ ਪ੍ਰੀਸ਼ਦ ਦੀਆਂ 2 ਸੀਟਾਂ ਤੇ ਬਲਾਕ ਸਮਿਤੀ ਦੀਆਂ ਜਿਹੜੀਆਂ ਸੀਗੀਆਂ 13-14 ਸੀਟਾਂ ਜਿਤਾ ਕੇ ਲੋਕਾਂ ਨੇ ਇਹਨਾਂ ਨੂੰ ਦਿਖਾ ਦਿੱਤਾ ਕਿ ਆਹ ਦੇਖੋ ਆਹ ਸ਼ੀਸ਼ਾ ਤੁਹਾਨੂੰ ਅਸੀਂ ਦਿਖਾ ਦਿੱਤਾ, ਜੇ ਤੁਸੀਂ ਨਾ ਸੁਧਰੇ ਤਾਂ ਤੁਹਾਡੇ ਅਗਲੇ ਹਾਲਾਤ ਜਿਹੜੇ ਉਹ ਖਰਾਬ ਹੋ ਜਾਣਗੇ। ਫੇਰ ਪੰਚਾਇਤਾਂ ਦੇ ਇਲੈਕਸ਼ਨ ਆ ਗਏ, ਇਹਨਾਂ ਕੋਲ ਜਾਣਾ ਤਾਂ ਬੰਦ ਕਰਤਾ ਸੀ ਲੋਕਾਂ ਨੇ। ਪੰਚਾਇਤ ਦੇ ਇਲੈਕਸ਼ਨ ਤੋਂ ਬਾਅਦ ਇਹਨਾਂ ਨੇ ਵੀਡੀਓ ਨੂੰ ਕਿਹਾ ਕਿ ਸੈਕਟਰੀਆਂ ਨੂੰ ਕਹੋ ਕਿ ਜਿੰਨੀਆਂ ਪੰਚਾਇਤਾਂ ਹੈਗੀਆਂ ਉਹ ਚੁਣੀਆਂ ਹੋਈਆਂ ਪੰਚਾਇਤਾਂ ਸਾਡੇ ਦਫ਼ਤਰ ਚ ਆਣ, ਆ ਕੇ ਹਾਜ਼ਰੀ ਲਵਾਉਣ, ਫਿਰ ਤੁਹਾਨੂੰ ਫੰਡ ਦਿੱਤਾ ਜਾਊਗਾ। ਲਾਈਨਾਂ ਲੱਗ ਗਈਆਂ ਮਜਬੂਰੀ ਚ, ਪੰਚਾਇਤਾਂ ਇਕੱਠੀਆਂ ਹੋ ਕੇ ਜਿਨ੍ਹਾਂ ਨੇ ਇਹਨਾਂ ਦੇ ਪੱਕੇ ਬੰਦੇ, ਜਿਨ੍ਹਾਂ ਨੇ ਇਹਨਾਂ ਦੇ ਸੱਜੇ ਖੱਬੇ ਜਿਹੜੇ ਰਹਿਣ ਵਾਲੇ ਬੰਦੇ ਸੀ ਉਹ ਵੀ ਹਰ ਗਏ ਅੱਗੇ, ਜਿਨ੍ਹਾਂ ਨੇ ਉਹ ਹਰਾਏ ਸੀ ਉਹਨਾਂ ਨੂੰ ਵੀ ਮਜਬੂਰੀ ਚ ਜਾਣਾ ਪਿਆ। ਇੱਥੇ ਹੀ ਇੱਕ ਉਦਾਹਰਣ, ਕਿਹਾ ਕਿ ਚੁਣੀ ਹੋਈ ਪੰਚਾਇਤ ਉੱਥੇ ਜਾਵੇ, ਜਾ ਕੇ ਤਾਂ ਤੁਹਾਨੂੰ ਫੰਡ ਮਿਲਣਾ, ਤਾਂ ਮਜਬੂਰੀ ਚ ਲੋਕਾਂ ਨੇ ਉੱਥੇ ਲੋਕਾਂ ਨੂੰ ਜਾਣਾ ਪਿਆ। ਤਮਿਲ ਨਾਗਰਿਕਤਾ ਤੁਸੀਂ ਵੀ ਜਿਹਨਾਂ ਦਾ ਧੰਨਵਾਦ ਕਰਦੇ ਜੀ, ਚੌਰੀ ਕੁੰਦਰ ਲਾਲ ਜੀ, ਚੌਰੀ ਰਮੇਸ਼ ਲਾਲ ਜੀ, ਚੌਰੀ ਤਰਨਜਨ ਜੀ ਇੰਸਪੈਕਟਰ ਸਾਹਿਬ, ਚੌਰੀ ਦੌਲਤ ਰਾਮ ਜੀ ਜਿਨ੍ਹਾਂ ਦੇ ਅਸੀਂ ਪਰਿਵਾਰ ਚ ਇੱਥੇ ਖੜੇ ਹਾਂ, ਲੰਬੜਦਾਰ ਨਰੈਣ ਦਾਸ ਜੀ, ਚੌਰੀ ਪ੍ਰੇਮ ਚੰਦ ਜੀ, ਚੌਰੀ ਸਤਪਾਲ ਖੇਪੜ ਜੀ ਲੱਕੀ, ਚੌਰੀ ਰੋਸ਼ਨ ਲਾਲ ਜੀ, ਚੌਰੀ ਤਾਰਾ ਚੰਦ ਜੀ, ਚੌਰੀ ਰੂਪਲਾਲ ਜੀ, ਚੌਰੀ ਹੇਮਰਾਜ ਕਾਕਾ, ਮੇਰਾ ਵੀਰ ਚੌਰੀ ਮੋਹਨ ਲਾਲ, ਚੌਰੀ ਰਣਵੀਰ ਸਿੰਘ ਠੇਕੇਦਾਰ, ਚੌਰੀ ਸਰਬਜੀਤ ਜੀ, ਚੌਰੀ ਸੰਦੀਪ ਖੇਪੜ ਜੀ ਤੇ ਚੌਰੀ ਓਮ ਪ੍ਰਕਾਸ਼ ਜੀ, ਤੇ ਸਾਡੇ ਪੁਰਾਣੇ ਇੱਥੇ ਜਿਹੜੇ ਸਾਡੇ ਅਕਾਲੀ ਦਲ ਦੇ ਜਿਹੜੇ ਥੰਮ ਨੇ ਚੌਰੀ ਭਜਨ ਜੀ, ਉਹਨਾਂ ਦਾ ਵੀ ਧੰਨਵਾਦ ਹੈ ਸਾਰੇ। ਬੁਲਾਰਿਆਂ ਨੇ ਬੜੇ ਵਿਸਤਾਰ ਪੂਰਵਕ ਸਾਰਿਆਂ ਨੂੰ ਦੱਸਿਆ ਸ਼ਰਾਬ ਲੈ ਕੇ ਜਾਣ ਦੀ, ਸਾਡੇ ਨੌਜਵਾਨਾਂ ਨੂੰ ਪੁੱਠੇ ਪਾਸੇ ਲਾਣ ਦੀ ਉਹਨਾਂ ਨੇ ਨੌਕਰੀ ਦਿੱਤੀ ਹੈ। ਸੋ ਮੇਰੀ ਅਸੀਂ ਦੱਸਦੇ ਹੁੰਦੇ ਸੀ ਕਿ ਸਾਡੇ ਜਾਲ ਗੁਰੂ ਚਾਹੀਦੇ, ਸਾਡੇ ਉਜਾੜਾ ਬਹੁਤ ਖੇਤਾਂ ਚ, ਉਹ ਵੀ ਇਹਨਾਂ ਦੇ ਆਸ਼ੀਰਵਾਦ ਦੇ ਨਾਲ, ਇਹਨਾਂ ਦੇ ਐਫਰਟਸ ਦੇ ਨਾਲ ਸਾਨੂੰ ਜਾਲਾਂ ਚ ਹੁਣ ਦੇਖੋ ਪਿੱਛੇ ਬਹੁਤ ਵੱਡੀ ਸਬਸਿਡੀ ਮਿਲੀ, ਤਕਰੀਬਨ ਸ਼ਾਇਦ 40% ਸ਼ਾਇਦ ਸਾਨੂੰ ਸਬਸਿਡੀ ਮਿਲੀ, ਜੋ ਬਹੁਤ ਵੱਡੀ ਅਚੀਵਮੈਂਟ ਹੈਗੀ ਹੈ। ਹੇਮਰਾਜ ਕਾਕਾ ਇੱਕ ਐਸਾ ਬੰਦਾ ਜਿਹਨੂੰ ਇੰਨੀ ਕੁ ਪਹਿਚਾਣ ਆ ਕਿ ਅਸਲੀ ਗੱਡੀ ਕਿਹੜੀ ਆ, ਨਕਲੀ ਗੱਡੀ ਕਿਹੜੀ ਆ। ਗੌਰੀ ਦਰਸ਼ਨ ਲਾਲ ਦੀ ਗੱਡੀ ਕਿੰਨੀ ਉਹ ਨਵੀਂ ਹੋਵੇ, ਕਿੰਨੀ ਉਹ ਟੌਪ ਟੱਪਾ ਕਰਿਆ ਹੋਵੇ, ਪਰ ਜੇ ਬੰਦੇ ਨੂੰ ਪਤਾ ਹੋਵੇ ਵੀ ਇਹਦਾ ਡਰਾਈਵਰ ਜਿਹੜਾ ਕਿਤੇ ਨਾ ਕਿਤੇ ਨਹਿਰ ਚ ਰਖਾਈ ਚ ਸੁੱਟੇਗਾ, ਸਿਆਣਾ ਬੰਦਾ ਉਹ ਤੋਂ ਪਹਿਲੇ ਉਤਰ ਗਿਆ। ਹੁਣ ਕਾਂਗਰਸ ਦੀ ਗੱਡੀ ਦਾ ਡਰਾਈਵਰ ਜਿਹੜਾ ਇੱਥੇ ਦਰਸ਼ਨ ਲਾਲ ਆ, ਇਹਨੇ ਕਿਤੇ ਨਾ ਕਿਤੇ ਦੋਗਣੀ ਹੋ ਗੱਡੀ, ਚਾਹੇ
जेडे सियाने सोझवान बंदे आ उन्हां नूं पहले ही कंसो हो जांदी आ, उन्हां नूं पहले ही पता लग जांदा। ठीक है गुरप्रीत जी साडा प्यारा जी जिथे वर्कर उन्हां दी रिश्तेदारी आ, सुनीता जी दी भी रिश्तेदारी आ, साडा खुशी होती है। ये थोड़े जे पुनात की गल आ, ये थोड़े बुजुर्गां ने थोनू सिखाया होया, नहीं तां लोग एवी खार खान लग जांदे ने, ईरखा लग जांदे ने कर। पर थोड़े मैं देखिया भी तुसीं चाल चढ़ जांदा, दूजे पासों कोई आवे तां उहनूं गलवकड़ी च पाउंदे हो, इसे करके अपना काफला वध रहा कि किहड़े हत्थां च होए। मैं थोनू सच्ची गल कहना, मैं इस करके नहीं कहना, मैं एमपी बनण वास्ते कहना, यकीन करियो खुदा ना खासता जे देश की बागडोर किसे होर हाथ से चली गई तो देश तबाह हो जाएगा, बर्बाद हो जाएगा। क्योंकि आपा देखिया जदों कांग्रेस का राज सी, रोजाना अखबार पढ़ते सी भी इतना घोटाला हो गया जी, स्कैंडल हो गए जी, पढ़ते सी कि नहीं? पांच साल च तुसी एक भी खबर नहीं कदे पढ़ी होनी। पांच साल दे विच जो काम होए उदी चर्चा होना, जिहड़े कहिंदे सी ना मोदी साहब बाहर जाई जांदे आ, आ हुण नतीजा निकलिया। आ बजुर्ग बैठे ने सियाने नौजवानां नूं पता, पढ़दे रहिंदे ने। दुनिया दे विच दुनिया च युद्ध होए, कोई एक युद्ध एक लड़ाई ऐसी नहीं होनी जिथे दुनिया दो हिस्सा च ना वंडी गई हो। पहली बार आ जदों सारा सारे दुनिया दे सारे देश जदों पाकिस्तान दे अंदर जाके 80 किलोमीटर हद टप के उन्हां दे कैंपो खेड के आए अपने जांबाज पायलट, उन्हां दे बंदे मार के आए अपने जांबाज पायलट, दुनिया दे किसे एक देश ने विरोध नहीं किया, सारे भारत दे नाल खड़े डुले खून दा शहीदां दे डुले खून दा भोग पैण तो पहला पहला बदला लेके दे। जांबाज जिहड़ा पायलट मतलब भारतीय फौज अपना सेना दा हवाई सेना दा चीफ एयर मार्शल आ, वह भी मेरे हल्के तो, वह भी मेरे हल्के तो आ घड़ूआ पिंड आ। मैं क्या वे शहीद नूं श्रद्धांजलि देण तो पहला घड़ूए पिंड दी धरती नूं नमस्कार करके आ। मैं गया उत्थे मामा भैणा पूरे खुशी दे विच, केड़ा माण वधदा किन्ना गौरव वधदा। एक होर दस्सदा पायलट ने पाकिस्तान दा जहाज तोड़िया, कुदरती उत्थे फस गया, चेची उंगली नूं झरीट नहीं आउण दित्ते, 60 घंटे दे अंदर अंदर घरे घरदिआं कोल वापस। इहदे वड्डा फिर मान दसो, इहदे वड्डा गौरव। इस करके मैं कहना अज दुनिया च भारती जिथे बैठे ने अज इस गल ते खुश ने कि हिंदुस्तान दा नां थानू पता दुनिया दे टॉप दे 6 देशां विच अज भारत दा नां आ गया, पहले 6 देशां मंत्री बन गए ता दुनिया दे विच भारत दा एक नंबर आऊगा। पाकिस्तान दा देश कहंदे सी, इहनूं गंदगी दा देश कहंदे सी, इहनूं करप्शन दा देश, घोटालिआं दा देश कहंदे सी। आ सारा कुछ बदल गया 4-5 सालां च। ते वड्डी गल इह जिहड़ी बहुत वड्डी गल आ, बाकी जिथे कम्मां कारां दी गल आ, आ जिहड़े छोटे मोटे कम्म आ गलियां नालियां लाइटां दूजा तीजा, देखो इहदी वी लोड़ हुंदी आ। इह वी मैं समझदा, मैं अपने आप महसूस करदा। देखो मैं किसी ने सोचा सी भी जेजो तो चलन वाली ट्रेन जिहड़ी जलंधर जाके ब्रेकां लग जांदी आ अंग्रेजां तो लैके चल रही आ, हर एमपी जिहड़ा चोन लड़दा सी ओह वादा करके जांदा सी भी मैनूं बना दो एमपी, 3 महीनिआं च अमृतसर तक जाण ला दो। किसे एमपी तो जलंधर तो परे ओह ट्रेन ना चल सकी, ब्रेकां लग गईआं सी, ओह हुण अमृतसर तक जाण ला दी। इत्थे तक सच्ची गल थोनू दसदा, जिस दिन मैं ट्रेन की मंग करन गया अफसर बुला ले मंत्री ने, वह कहण लग्या भी चंदू माजरा जी मेरे दोस्त ने ट्रेन चलाउणी आ, कहिंदे कित्थों जी, कहिंदे आनंदपुर साहब तो अमृतसर साहब लई, ते ओह हसण लग गए। मैं क्या हसदे क्यों आ, कहिंदे रेल लाइन तां है नहीं, ट्रेन किवें चलावांगे। मैं क्या जी आनंदपुर साहब तो सरहद नूं ट्रेन जांदी आ, कहिंदे हां। मैं क्या चंडीगढ़ तो लुधियाणा अमृतसर जांदी आ, कहिंदे हां। मैं क्या जिहड़ी आनंदपुर साहब तो सरहद नूं जांदी आ उहदा मूंह
ਮਰਿੰਡੇ ਤੋਂ ਲੁਧਿਆਣੇ ਵੱਲ ਨੂੰ ਹੋ ਸਕਦਾ? ਕਹਿੰਦੇ ਹੋ ਸਕਦਾ। ਮੰਤਰੀ ਫਿਰ ਕਹਿੰਦਾ ਕਰਦੇ ਕਿਉਂ ਨਹੀਂ? ਖੜਗੜ ਕਹਿੰਦਾ ਆਇਆ ਆਉਣਾ, ਕਹਿੰਦਾ ਮੈਂ ਹਫਤੇ ਇੱਕ ਹਫਤੇ ਬਾਅਦ ਤੇ ਮੈਂ ਟ੍ਰੇਨ ਨੂੰ ਝੰਡੀ ਦੇ ਕੇ ਆਉਣੀ ਆ। ਯਕੀਨ ਕਰਿਓ ਜਦੋਂ ਮੈਂ ਉੱਥੇ ਹਜ਼ੂਰ ਸਾਹਿਬ ਗਿਆ 150 ਬੰਦਾ ਖੜਾ ਤੇ ਮੈਂ ਕਿਹਾ ਤੁਸੀਂ ਕਿੱਥੋਂ ਆ ਸਾਰੇ? ਕਹਿੰਦੇ ਸਾਰੇ ਅਸੀਂ ਬਲਾਚੌੜਾ ਹਲਕੇ ਤੋਂ ਹਜ਼ੂਰ ਸਾਹਿਬ। ਤੇ ਜਿੱਥੇ ਚਾਰ ਚਾਰ ਦਿਨ ਲੱਗਦੇ ਸੀ ਹਜ਼ੂਰ ਉੱਥੇ ਮਹਾਰਾਸ਼ਟਰ ਜਾਣ ਨੂੰ, ਤੁਸੀਂ ਮੈਨੂੰ MP ਬਣਾਇਆ। ਮੈਂ ਜਹਾਜ਼ ਚਲਾਇਆ 9:05 ਤੇ ਮੋਹਾਲੀ ਤੋਂ ਚੱਲਿਆ, 11:15 ਸੱਚਖੰਡ ਹਜ਼ੂਰ ਸਾਹਿਬ ਨਦੇੜ ਪਹੁੰਚਿਆ 2 ਘੰਟੇ ਹੋਣਾ। ਤੇ ਜਿਹਦੀ ਉਮਰ 60 ਸਾਲ ਤੇ ਉੱਤੇ ਹੋ ਗਈ, ਹੁਣ ਉਹ ਜਹਾਜ਼ ਦੀ ਟਿਕਟ ਵੀ ਹੁਣ ਉਹਨੂੰ ਅੱਧੀ ਲੱਗਿਆ। ਤੁਸੀਂ ਦੱਸੋ ਉਹੀ ਦੇਸ਼ ਆ ਉਹੀ ਗੈਸ ਆ। ਆਹ ਬੀਬੀਆਂ ਬੇਚਾਰੀਆਂ ਅੰਨੀਆਂ ਹੋ ਗਈਆਂ, ਗਿੱਲੀਆਂ ਪਾਥੀਆਂ ਨਾਲ ਰੋਟੀ ਪਕਾਉਂਦਿਆਂ ਨੂੰ, ਛੱਡੀਆਂ ਨਾਲ ਰੋਟੀ ਪਕਾਉਂਦਿਆਂ ਨੇ ਧੂਏ ਰਹਿੰਦੀਆਂ ਕਰਦੀਆਂ। ਸਬਸਿਡੀ ਛੱਡ ਦੋ, ਨਹੀਂ ਛੱਡਾਂਗੇ। ਤੇ 2 ਕਰੋੜ ਲੋਕਾਂ ਨੇ ਸਬਸਿਡੀ ਛੱਡੀ, 6 ਕਰੋੜ ਘਰਾਂ ਦੇ ਵਿਚ ਮੁਫ਼ਤ ਗੈਸ ਕਨੈਕਸ਼ਨ ਲਏ ਆ ਹਰ ਸਾਲ। ਏਜੰਸੀ ਅੰਦਰ ਆਹ ਸਤਿਗੁਰੂ ਫਿਰ ਸਾਡੇ ਪ੍ਰਧਾਨ ਸਾਹਿਬ ਦੱਸ ਕੇ ਗਏ ਆ, ਕਹਿੰਦੇ ਬੀਬੀ ਕਹਿੰਦੀ ਸਾਲ ਤੋਂ ਬਾਅਦ ਹੁਣ ਕਿਸੇ ਬੀਬੀ ਨੂੰ ਗੈਸ ਸਿਲੰਡਰ ਨੀ ਚੱਕਣਾ ਪਿਆ ਕਰੇਗਾ, ਪਾਈਪ ਰਾਹੀਂ ਗੈਸ ਹੁਣ ਘਰਾਂ ਚ ਆਇਆ ਕਰੇ। 7 ਜ਼ਿਲ੍ਹਿਆਂ ਚ ਪ੍ਰੋਜੈਕਟ ਸ਼ੁਰੂ ਹੋਇਆ, 7 ਜ਼ਿਲ੍ਹਿਆਂ ਦੇ ਵਿਚੋਂ 3 ਜ਼ਿਲ੍ਹੇ ਆਨੰਦਪੁਰ ਸਾਹਿਬ ਹਲਕੇ ਦੇ ਨੇ। ਉਹ ਨਿਕਲ ਗਿਆ, ਮੈਂ ਤੁਸੀਂ ਇੱਕ ਵਾਰੀ MP ਦਾ ਬਣਾ ਦੋ, ਮੈਂ 4 ਮਹੀਨੇ ਦੇ ਅੰਦਰ ਅੰਦਰ ਬੈਰੀਕੇਡੇ ਚੁਕਾਊਂਗਾ ਪਹਿਲਾਂ ਟੋਲ ਪਲਾਜ਼ੇ। 4 ਮਹੀਨੇ ਤਾਂ ਕੀ, MP ਬਣਨ ਤੋਂ ਬਾਅਦ 2 ਮਹੀਨਿਆਂ ਦੇ ਅੰਦਰ 2 ਟੋਲ ਪਲਾਜ਼ਾ ਚੁਕਾਤੇ। ਤੁਸੀਂ ਇੱਕ ਦੀ ਗੱਲ ਸੀ, ਮੈਂ 2 ਚੁਕਾਏ। 80 ਇਹ ਕਿਹਾ ਸੀ ਇੱਥੇ ਇਹਨਾਂ ਨੇ 5 ਰੁਪਏ ਨੀ ਲੱਗੇ, 17,780 ਕਰੋੜ ਰੁਪਇਆ ਦਿੱਲੀ ਦਾ। ਇਹ ਪਏ ਤਾਂ ਹੁਣੇ ਹੁਣ, ਮੈਂ ਤਾਂ 2 ਸਾਲ ਪਹਿਲਾਂ ਕਰਾਤੀ ਸੀ, ਪਰ ਸਰਕਾਰ ਬਦਲ ਕੇ ਉਹਨਾਂ ਨੇ ਰਿਪੋਰਟ ਨਾ ਭੇਜੀ, ਉਹ ਲੱਡ ਗਿਆ ਪ੍ਰੋਜੈਕਟ। ਹੁਣ ਮੈਂ ਫੇਰ ਰੌਲਾ ਪਾਇਆ, ਭਾਰਤ ਦੇ ਮੰਤਰੀ ਨੂੰ ਲਿਆਣ ਕੇ ਨੀਂਹ ਪੱਥਰ ਰਖਾ ਕੇ ਉਹ ਸੜਕ ਸ਼ੁਰੂ ਕਰਾਈ, ਬੰਗਾ ਗੜ ਸ਼ੰਕਰ ਆਨੰਦਪੁਰ ਸਾਹਿਬ ਨੈਣਾ ਦੇਵੀ ਤੱਕ 563 ਕਰੋੜ ਦੀ ਸੜਕ। 5 ਏਕੜ ਵਾਲੇ ਕਿਸਾਨ ਦੀ ਜੇਬ ਚ ਉਹਦੇ ਖਾਤੇ ਚ ਸਾਲ ਦਾ ਆਇਆ ਕਰੂਗਾ 6,000। 6,000 ਤਾਂ ਥੋੜਾ ਜਿਹਾ ਹੁੰਦਾ, ਇਹਦਾ ਕੀ ਬਣਦਾ? 500 ਰੁਪਇਆ ਮਹੀਨਾ ਹੀ ਆਇਆ। ਮੈਂ ਕਿਹਾ ਅਸੀਂ 500 ਹੀ ਲਾਓ, ਅਸੀਂ ਜੇਬ ਚ ਪਾਇਆ ਹੀ ਆ, ਕੱਢਿਆ ਤਾਂ ਨੀ, ਤੁਸੀਂ ਤਾਂ ਕੱਢਦੇ ਆ ਕੇ ਦਿਖਾਇਆ। ਅਸੀਂ ਕੀਤਾ ਕਿਹਾ ਖਾਤਿਆਂ ਜਾ ਕੇ ਆ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਾ ਸਕਦੇ ਹੋ। ਪਰ ਬੇਈਮਾਨ ਸਰਕਾਰ ਪੰਜਾਬ ਦੀ ਨੇ ਸਭ ਤੋਂ ਬਾਅਦ ਦਸਖਤ ਕੀਤੇ, ਸਭ ਫੈਸਲਾ ਕਹਿੰਦਾ ਕਿਸੇ ਵੀ ਕੀਮਤ ਤੇ 1 ਤੁਬਕਾ ਪਾਣੀ ਦਾ ਪਾਕਿਸਤਾਨ ਨੂੰ ਅਸੀਂ ਹੁਣ ਜਾਣ ਨੀ ਦੇਣਾ ਜਦੋਂ ਅਸੀਂ ਇਹ ਪ੍ਰੋਜੈਕਟ ਮੁਕੰਮਲ ਕਰ ਲਏ। ਪ੍ਰੋਜੈਕਟ ਦੇ ਵਿਚ 2 ਕੰਮ ਕਰ ਦੋ, ਇੱਕ ਤਾਂ ਜਿਹੜਾ ਪਾਣੀ ਰੋਕਿਆ ਜਾਣਾ, ਉਸ ਪਾਣੀ ਦਾ ਵੱਡਾ ਹਿੱਸਾ ਇੱਕ ਤਾਂ ਕੰਢੀ ਕਨਾਲ ਜਿਹੜੀ ਅਸੀਂ ਤਿਆਰ ਕੀਤੀ ਆ ਉਹਦੇ ਚ ਪਾਇਆ ਜਾਵੇ। 1 ਨੰਗਲ ਤੋਂ ਲੈ ਕੇ ਉੱਪਰ ਤੱਕ ਅਸੀਂ ਦਸ਼ਮੇਸ਼ ਨਹਿਰ ਲਈ ਜ਼ਮੀਨ ਅਕਵਾਇਰ ਕੀਤੀ ਆ, ਪਾਣੀ ਨਾ ਹੋਣ ਕਰਕੇ ਨਹਿਰ ਨੀ ਬਣੀ। ਉਹ ਡੇਰਾਬਸੀ ਤੱਕ ਲੈ ਕੇ ਨੰਗਲ ਤੋਂ ਇੱਕ ਸਾਡੀ ਉਹ ਨਹਿਰ ਕਢਾ ਕੇ ਉਹ ਰੋਕਿਆ ਹੋਇਆ ਪਾਣੀ ਉਹਦੇ ਚ ਪਾ ਦਿਓ, 2 ਥਾਵਾਂ ਤੇ ਪਾਣੀ ਪਾ ਦਿਓ, ਬਾਕੀ ਫਿਰ ਸਾਰੇ ਪੰਜਾਬ ਚ ਭੇਜ ਦਿਓ। ਕਿਉਂਕਿ ਸਾਡੇ ਉਧਰੋਂ ਹੀ ਆਉਣ, ਗਰੀਬ ਸਾਹਿਬ ਨੇ ਆਪਣੇ ਸੈਕਟਰੀ ਨੂੰ ਜਿਹੜੇ ਨਾਲੇ ਸੀ ਸਾਡੇ ਉਹਨੂੰ 2 ਗੱਲਾਂ ਨੋਟ ਕਰਾ ਦਿੱਤੀਆਂ। ਤੇ 4th ਦਿਨ ਮੈਨੂੰ ਉਹਦਾ ਟੈਲੀਫੋਨ ਆ ਗਿਆ ਸੈਕਟਰੀ ਦਾ ਵੀ ਅਸੀਂ ਉਹ ਪ੍ਰੋਜੈਕਟ ਦੇ ਵਿੱਚ ਥੋੜੀਆਂ 2 ਗੱਲਾਂ ਪਾ ਰਹੇ। ਤਾਂ ਮੇਰਾ ਖਿਆਲ ਬੰਦਾ ਸਿਆਣੇ ਤੋਂ ਸਿਆਣਾ ਤਾਂ ਫੈਸਲਾ ਹੀ ਕਰਦਾ ਵੀ ਫਾਇਦਾ ਲਈਏ। ਮੈਂ ਤੁਹਾਨੂੰ ਯਕੀਨ ਦਵਾਉਣਾ ਕਿ ਆਉਂਦੇ 5 ਸਾਲਾਂ ਦੇ ਵਿੱਚ ਇਸ ਇਲਾਕੇ ਦਾ 1 ਵੀ ਕਨਾਲ ਜ਼ਮੀਨ ਐਸੀ ਨਹੀਂ ਹੋਏਗੀ ਜਿਹੜੀ ਨਹਿਰੀ ਪਾਣੀ ਤੋਂ ਬਿਨਾਂ ਤੇ ਜੋ ਚੌਰੀ ਬਹੁਤ ਆ ਜੀ ਅਕਾਲੀ ਦਲ BJP ਦਾ MP ਸਾਹਿਬ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਦਾ ਪਿੰਡ ਆਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਜੋ ਅਸੀਂ ਮੰਗਾਂ ਰੱਖੀਆਂ ਹੈ ਉਸ ਨੂੰ